संग प्रीत लगाई शरधारा 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 मेरे भगवान। ओम बापू शारदा राम जी महाराज आपकी सदा ही और वांके बिहारी लाल की जय, राधा रानी की जय। तुझ संग प्रीत लगाई आनंद आ गया जिंदगी में मेरी, तुझ संग प्रीत लगाई मेरे घनश्याम। जब से तुझ संग प्रीत लगा आई से तुझ संग प्रीत लगाई, तब से मैंने सुध बुध बिसलाई। मस्ती अजब सी दिल पे छाई, मस्ती अजब सी दिल पे है छाई, जहां देखूं तू ही दिखाई शर, जहां देखूं तू ही दे दिखाई शरधारा मेरे घनश्याम। आनंद जिंदगी में मेरी, तुझ संग प्रीत लगाई शरधारा मेरे घनश्याम। माता ईशरा की आंखों के तारे हो, गोविंद दास पिता के दुलारे। माता ईशरा की आंखों के तारे, गोविंद दास पिता के दुलारे। कर दिए तूने मेरे वारे न्यारे, कर दिए तूने मेरे वारे न्यारे, जिंदगी मेरी सजाई शरधारा मेरे घनश्याम। है ए महाराज जी साहब ने कृपा की थी, बापू शरदा राम ने तरस करके सानू ने बचपने ची नाम दान देता था, इस पासे जोड़ता माता पिता ने, माता पिता का धन्यवाद, बापू शरदा राम का धन्यवाद। नहीं तो पता ही नहीं किथे रुलते रहना सी, वो जेड़ा पपड़ते रहना, मैंने बड़ा ही अच्छा लगता है। जे तू ना फड़दा साडी बाह असां रुल जाना सी, सानू किते न मिलदी थां असां रुल जाना सी। और ये कोई सौखी गल नहीं होंगी है, सच्चे सतगुरां दा दरबार मिले, उत्थों दा प्यार मिले, ये बहुत वड्डी गल है। बड़ा माता पिता दा धन्नवाद, सानू आपदे बजुर्गां दा धन्नवाद करना चाहिए है, तुहाडे परिवार दा जिन्हें जिन्हें भी इस पासे जोड़िया, बहुत बहुत सुंदर गल है, बड़ी सुंदर। और बड़े साडे कोई शुभ कर्म, कोई पिछले जन्म दे जागे, किसी संतां दा संकल्प है, माता पिता दा संकल्प,
ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਨਹੀਂ ਤਾਂ ਫਿਰ ਇਹ ਉਹ ਕਹਿੰਦੇ ਨਾ ਕਿ ਹੱਸਦੀ ਕਿਵੇਂ ਹੈਗੀ ਹੈ, ਹੱਸਦੀ ਖੇਡਦੀ ਜ਼ਿੰਦਗਾਨੀ ਹੋਣੀ ਸੀ, ਇਹ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ, ਨਾ ਹੱਸਦੀ ਟੱਪਦੀ ਏ ਜ਼ਿੰਦਗਾਨੀ ਹੋਣੀ ਸੀ, ਉਹ ਮੇਰੇ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ, ਜੇ ਤੂੰ ਨਾ ਦੇਂਦਾ ਖੁਸ਼ੀਆਂ ਹੋ, ਜੇ ਤੂੰ ਨਾ ਦੇਂਦਾ ਖੁਸ਼ੀਆਂ ਅਸਾਂ ਰਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਸਾਰ ਜਾਣਾ ਸੀ, ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਸਾਰ ਜਾਣਾ ਸੀ। ਵਾਹ, ਉਹ ਜਗ੍ਹਾ ਨੂੰ ਹੀ ਪ੍ਰਣਾਮ ਕਰਿਆ ਕਰੋ, ਜਗ੍ਹਾ ਨੂੰ ਯਾਦ ਕਰਕੇ ਜਿੱਥੇ ਬੈਠ ਕੇ ਤੁਹਾਨੂੰ ਨਾਮ ਦਾਨ ਦਿੱਤਾ ਹੈ ਸਤਿਗੁਰਾਂ ਨੇ, ਉਸ ਜਗ੍ਹਾ ਨੂੰ ਵੀ ਪ੍ਰਣਾਮ ਪ੍ਰਣਾਮ ਪ੍ਰਣਾਮ। ਵਾਹ, ਉੱਤੇ ਹੁਣ ਜਿੱਥੇ ਮੰਝਾ ਸਾਹਿਬ ਰੱਖਿਆ ਨਾ ਮਹਾਰਾਜ ਸਾਹਿਬ ਦਾ, ਉੱਪਰਲੇ ਫਲੋਰ ਤੇ ਜਿੱਥੇ ਜਿਹੜਾ ਹਵਨ ਤੋਂ ਵੀ ਉੱਪਰ ਹੈ, ਜਿੱਥੇ ਮਹਾਰਾਜ ਸਾਹਿਬ ਦਾ ਮੰਝਾ ਸਾਹਿਬ ਦੇ ਸਾਰੇ ਆਪਣੇ ਸਰੂਪ ਲਗਾਇਆ ਜਾਂਦਾ, ਸੱਚਖੰਡ ਸੱਚਖੰਡ। ਬਣਿਆ ਹੋਇਆ ਹਾਂ, ਨਾ। ਸੱਚਖੰਡ ਹਾਂ ਨਹੀਂ, ਸੱਚਖੰਡ, ਸੱਚਖੰਡ ਦੂਸਰੇ ਉਹਨੂੰ ਕਹਿੰਦੇ ਨੇ, ਲੇਕਿਨ ਸੱਚਖੰਡ ਤੋਂ ਪਹਿਲੇ ਹਾਂਜੀ ਜਿੱਥੇ ਮੰਝਾ ਸਾਹਿਬ ਮਹਾਰਾਜ ਸਾਹਿਬ ਦਾ, ਉਹ ਓਮ ਜੀ ਦਾ ਸੱਚਖੰਡ ਹੈ ਨਾ, ਜਿਹੜਾ ਉਹ ਹਾਂਜੀ ਬਾਪੂ ਹਾਂਜੀ ਪਰਮਨ ਹਾਂਜੀ ਬਾਪੂ ਠਾਕ, ਇਹ ਬਾਪੂ ਸ਼ਰਧਾ ਰਾਮ ਜੀ ਦਾ ਜਿੱਥੇ ਵੱਡਾ ਸਰੂਪ ਰੱਖਿਆ ਹੈ ਮੰਝਾ ਸਾਹਿਬ, ਜਿੱਥੇ ਆਪਾਂ ਹਵਨ ਤੋਂ ਬਾਅਦ ਸਿੱਧਾ ਉੱਥੇ ਜਾਂਦੇ ਹਾਂਜੀ ਹਾਂ, ਉਸ ਵੱਡਾ ਰੂਮ ਜਿਹੜਾ ਉਹਦੀ ਗੱਲ ਕਰ ਰਿਹਾ। ਹਾਂਜੀ ਮੱਥਾ ਉੱਥੇ ਟੇਕਦੇ ਸੀ। ਠੀਕ ਹਾਂਜੀ, ਉੱਥੇ ਦੋ ਠੀਕ ਕਮਰੇ ਹੁੰਦੇ ਸੀ, ਠੀਕ ਉਹ ਨਾ ਇਹ ਹੁਣ ਇੱਕ ਹਾਂਜੀ ਬੜਾ ਬਣਾਤਾ ਨਾ ਹਾਲ, ਉੱਥੇ ਦੋ ਰੂਮ ਹੁੰਦੇ ਸੀ, ਜਿੱਥੇ ਇੱਕ ਤਾਂ ਮਹਾਰਾਜ ਸਾਹਿਬ ਇੱਥੇ ਤੇ ਅੰਦਰ ਇੱਕ ਕੁਰਸੀ ਤੇ ਉਹ ਪਿਆ ਹੁੰਦਾ ਸੀ, ਨਾਲ ਨਾਲ ਹੀ ਰੂਮ ਸੀ, ਵਿੱਚੋਂ ਦੀ ਥੋੜੀ ਪਾਰਟੀਸ਼ਨ ਸੀ ਐਵੇਂ ਥੋੜੀ ਜੀ, ਤੇ ਡੋਰ ਖੁੱਲਾ ਸੀ, ਡੋਰ ਨਹੀਂ ਲੱਗਿਆ ਸੀ ਉਹਨੂੰ, ਤੇ ਉੱਥੇ ਬੈਠ ਕੇ ਸਾਨੂੰ ਨਾਮ ਦਾਨ ਦਿੱਤਾ ਸੀ ਇਸਦਾ, ਚਾਰੇ ਬ੍ਰਦਰ ਨਾਲ ਮਾਤਾ ਪਿਤਾ ਬੈਠੇ ਨੇ, ਪਤਾ ਹੀ ਨਹੀਂ ਕੈਸਾ ਕੋਈ, ਪਤਾ ਨਹੀਂ ਕੈਸਾ ਸਮਾਂ ਸੀ ਉਹ, ਐਸਾ ਸੁੰਦਰ ਸਮਾਂ ਜਿੱਥੇ ਸਾਨੂੰ ਬਚਪਨ ਚ ਹੀ ਦੇ ਦਿੱਤਾ ਮਹਾਰਾਜ ਸਾਹਿਬ ਨੇ, ਨਾ ਉਹ ਮਾਤਾ ਪਿਤਾ ਦੀ ਉਹਨਾਂ ਦੀ ਭਗਤੀ ਨੂੰ ਪ੍ਰਣਾਮ, ਉਹਨਾਂ ਦੇ ਪ੍ਰੇਮ ਨੂੰ ਪ੍ਰਣਾਮ, ਜਿਹਨਾਂ ਸਾਨੂੰ ਇਸ ਪਾਸੇ ਜੋੜਿਆ। ਵਾਹ ਵਾਹ ਵਾਹ। ਹੈ ਉਹ ਜੀ ਹਮਕੋ ਦੋ ਬਧਾਈ ਕਿ ਹਮਨੇ ਖੁਸ਼ੀਆਂ ਪਾਈ, ਮਿਲ ਗਏ ਬਾਪੂ ਸ਼ਰਧਾ ਰਾਮ, ਕਰੇ ਹਮ ਕੋਟੀ ਕੋਟੀ ਪ੍ਰਣਾਮ, ਹਮਕੋ ਦੋ ਬਧਾਈ, ਹਾਂਜੀ ਸ਼ੁਕਰ ਹੈ ਮਾਤਾ ਪਿਤਾ ਕਾ ਜਿਨ ਚਰਨੀਨ ਕੇ ਲਗਾਇਆ, ਜੀਨੇ ਕਾ ਹੈ ਸੱਚਾ ਰਸਤਾ ਹਮਕੋ ਦਿਖਲਾਇਆ, ਮੁਕਤੀ ਕਾ ਦੁਆਰ ਹੈ ਬਸ ਨੰਦਾ ਚਾਰ ਧਾਮ, ਹਮਕੋ ਬਧਾਈ। ਬੜੀ ਵੱਡੀ ਗੱਲ ਹੈ ਜੇ ਸਾਰੇ ਭਰਾਵਾਂ ਨੂੰ ਇਕੱਠਿਆਂ ਨੂੰ ਸਾਨੂੰ ਉਹਨਾਂ ਨੇ ਕਿਰਪਾ ਕਰ ਦਿੱਤੀ। ਮੈਂ 7th ਸਟੈਂਡਰਡ ਸੀਗਾ ਦੇਖ ਲਓ, ਹੈ 12 ਸਾਲ ਦੀ ਉਮਰ ਦੇ ਵਿੱਚ, 10 11 12 ਸਾਲ ਦੀ ਉਮਰ ਚ ਦੇਖਤਾ ਇਸ ਤਰ੍ਹਾਂ ਬਾਪੂ ਹਰ ਭਗਵਾਨ ਜੀ ਨੇ ਕਿਰਪਾ ਕੀਤੀ, ਨਾਨਕੀ ਤੇ ਨਾਨਕੀ ਤੇ ਖੈਰ 8 ਸਾਲ ਦੀ ਸੀ ਉਦੋਂ ਵੀ ਉਹਨੂੰ ਮਿਲ ਗਿਆ। ਵਾਹ ਵਾਹ, ਤੇ ਬੜੀ ਕਿਰਪਾ ਹੈ ਇਸ ਪਾਸੇ ਜੋੜਿਆ ਮਹਾਰਾਜ ਨੇ ਕਿ ਗੋਦ ਮੈਂ ਆਪਣੀ ਲੈ ਕੇ ਬਾਪੂ ਨੇ ਕੀਆ ਐਹਸਾਨ, ਗੋਦ ਮੈਂ ਆਪਣੀ ਲੈ ਕੇ ਸਤਿਗੁਰ ਨੇ ਕੀਆ ਐਹਸਾਨ, ਹਮ ਚਾਰੋਂ ਭਾਈਓਂ ਕੋ ਜਬ ਬਖਸ਼ਾ ਨਾਮ ਦਾਨ, ਹਮ ਚਾਰੋਂ ਭਾਈਓਂ ਕੋ ਜਬ ਬਖਸ਼ਾ ਨਾਮ ਦਾਨ, ਜਾਤੇ ਹੈ ਵੋ ਘੜੀ ਪੇ ਬਾਰ ਬਾਰ ਕੁਰਬਾਨ, ਹਮਕੋ ਦੋ ਬਧਾਈ ਜੀ ਹਮਨੇ ਮੰਜ਼ਿਲ ਪਾਈ, ਮਿਲ ਗਏ ਬਾਪੂ ਸ਼ਰਧਾ ਰਾਮ, ਮਿਲ ਗਏ ਸਤਿਗੁਰ ਸ਼ਰਧਾ ਰਾਮ, ਮਿਲ ਗਏ ਸਵਾਮੀ ਸ਼ਰਧਾ ਰਾਮ, ਤੋਂ ਇਹ ਮਿਲ ਗਏ ਨੇ, ਉਹਨਾਂ ਦੀ ਕਿਰਪਾ ਹੈ, ਜੈ ਜੈਕਾਰ ਹੈ। ਮੈਂ ਜ਼ਿੰਦਗੀ ਸਜਾ ਤੀ, ਮੈਂ ਤਾਂ ਲਿਖਿਆ
माता ईशरा की आंखों के तारे, गोविंद दास पिता के दुलारे, कर दिए तूने मेरे वारे न्यारे, कर दिए तूने मेरे वारे न्यारे, जिंदगी मेरी सजाई शरधा राम मेरे घनश्याम, आनंद आ गया जिंदगी में मेरी, तुझ संग प्रीत लगाई शरधा राम मेरे घनश्याम, गोलोक से कान्हा धरती पे आया, बड़े दिनों बाद, कल नहीं परसों, मैं है ब्रदर दे नाल बैठे, रंजीत भाई साहब ने चांदी ते मैं पहला फिर देखा राधा कृष्ण जी का, जेड़ा आंदा सी ना स्टार भारत ते, तुसी वो गोलोक का सीन दिखाया उन्होंने, गोलोक दे कृष्ण भगवान ते राधिका जी का, वो बहुत ही सुंदर फिल्म आया उन्होंने राधा कृष्ण हाँ का, वो जो कदे मौका लगे तो हाँ देखियो, पहला सीगा हाँ एपिसोड वो गोलोक दे विच किस तरह, मतलब उत्थे आनंद हो रहा है, उत्थे वाकई में श्रृंगार करते हैं राधा जी कृष्ण भगवान का, बड़ा ही सुंदर है। गोलोक से कान्हा धरती पे आया, राधा प्यारी को संग लाया, पर मैं दुनिया को जीना सिखाया, द्वापर में दुनिया को जीना सिखाया, द्वापर में दुनिया को जीना सिखाया, प्रीत की रीत सिखाई श्यामा श्याम, श्यामा श्याम, श्यामा श्याम, राधे श्याम, अंदर पे मैं प्रीत की रीत कुछ सिखाई श्यामा जो नींदनी श्याम, चांदनी दौड़ा जा, प्रीत की रीत सिखाई श्यामा श्याम, श्यामा श्याम, श्यामा श्याम, राधे आनंद आ गया जिंदगी में मेरी, तुझ संग प्रीत लगाई शरधा राम मेरे घनश्याम, रीत की रीत सिखा दी कृष्ण भगवान और राधिका ने, कैसे मोहब्बत सच्चा प्रेम क्या होता है ये सारा सिखा के चले गए। जय हो राधे श्याम कृपा कृपा, आनंद कलयुग में श्याम श्रद्धा राम बन आया, कलयुग में श्याम श्रद्धा राम बन आया, दुनिया का दुख दर्द मिटाया, ये तुहानूं ये दसां, ये आपां हमेशा पढ़ते हैं भजना च भी पढ़ते हैं ना, भी अपने सर ते लै लैंदे ने दुख, ये बड़ी बारी देखा गया है, कष्ट जेड़े ने संत लोग ये आपदे शरीर ते लै लैंदे ने, ये वैसे शरीर ते ना भी लैन ते सारा कुछ
ਦੁੱਖ ਕਿਸੇ ਨੂੰ ਮਿਟਾ ਸਕਦੇ ਨੇ, ਜੀਂਦੇ ਨੂੰ ਮਤਲਬ ਕਿ ਮੁਰਦੇ ਨੂੰ ਜੀਦਾ ਕਰ ਸਕਦੇ ਨੇ, ਜੋ ਮਰਜ਼ੀ ਹੈ ਇਹਨਾਂ ਚ ਇੰਨੀ ਪਾਵਰ ਹੁੰਦੀ। ਲੇਕਿਨ ਉਹ ਰੱਬ ਦਾ ਜਿਹੜਾ ਹੈ ਨਾ ਸਿਸਟਮ, ਉਹਨੂੰ ਬਦਲਣਾ ਨਹੀਂ ਚਾਹੁੰਦੇ ਉਹ। ਕਈ ਵਾਰ ਤੁਸੀਂ ਇਹ ਵੀ ਪੜ੍ਹਿਆ ਆਪਾਂ ਸਟੋਰੀਜ਼ ਦੇ ਵਿੱਚ, ਓਮ ਜੀ ਨੇ ਪਿਤਾ ਸੰਤ ਰਾਮ ਜੀ ਦੀ ਜਿਹੜੇ ਮਾਤਾ ਜੀ ਨੂੰ ਕਿਹਾ ਸੀ ਵੀ ਉਹਨਾਂ ਦਾ, ਕਿਉਂਕਿ ਪੋਤਾ ਮਤਲਬ ਉਹ ਮਾਤਾ ਭੋਲੀ ਜੀ ਦਾ ਜਿਹੜਾ ਪੋਤਾ ਸੀ ਸ਼ਾਇਦ ਜਦੋਂ ਤਾਂ ਉਹ ਬਿਮਾਰ ਹੋ ਗਿਆ ਸੀ, ਤੇ ਉਹ ਕਹਿਣ ਲੱਗੇ ਕਿ ਮੈਂ ਮਤਲਬ ਉਹਦੀ ਜਗ੍ਹਾ ਤੇ ਵੀ ਮੈਨੂੰ ਮਹਾਰਾਜ ਤੁਸੀਂ ਲੈ ਤੇ। ਉਹਨਾਂ ਨੇ ਦੋ ਵਾਰੀ ਪੁੱਛਿਆ ਸੀਗਾ ਓਮ ਜੀ ਮਹਾਰਾਜ, ਹਾਲਾਂਕਿ ਉਹਨੂੰ ਵੀ ਠੀਕ ਕਰਦੇ ਸੀ, ਕੋਈ ਹੈਜ਼ਾ ਫੈਲ ਗਿਆ ਸੀ ਜਾਂ ਕੁਝ ਉਹਦੇ ਵਿੱਚ। ਫਿਰ ਬਾਪੂ ਓਮ ਜੀ ਨੇ ਮਤਲਬ ਕਿ ਦੋ ਤਿੰਨ ਵਾਰੀ ਕਿਹਾ ਸੀਗਾ ਕਿ ਤੂੰ ਵਾਕਈ ਤੂੰ ਆਪਦੇ ਜੀਵਨ ਦੇ ਕੇ ਤੇ ਉਹਨੂੰ ਉਹਨੂੰ ਜੀਵਨ ਆਪਦੇ ਵਾਲਾ ਦੇਣਾ ਚਾਹਨੀ। ਇਸ ਤਰ੍ਹਾਂ ਦਾ ਵੀ ਹੋ ਜਾਂਦਾ ਵੀ ਮਤਲਬ ਬਦਲ ਵੀ ਸਕਦੇ ਨੇ ਕਿਸੇ ਦਾ ਜਿਹੜਾ ਜੀਵਨ ਦਾ ਸਮਾਂ ਉਹ ਦੂਜੇ ਨੂੰ ਦੇ ਦਿੰਦੇ ਨੇ। ਤੇ ਉਹਨਾਂ ਨੇ ਕਿਹਾ ਹਾਂ ਜੀ ਬਿਲਕੁਲ, ਕਿਉਂਕਿ ਦਾਦੀ ਮਾਂ ਸੀ, ਦਾਦੀ ਤੇ ਮਾਂ ਮਤਲਬ ਜਿੰਨਾ ਪਿਆਰ ਕਰਦੇ ਕੋਈ ਦੁਨੀਆਂ ਕਰ ਨਹੀਂ ਸਕਦਾ। ਉਹਨਾਂ ਨੇ ਕਹਿ ਤਾ ਤੇ ਫਿਰ ਉਹਨਾਂ ਨੇ ਇਲਾਚੀਆਂ ਦੇ ਦਿੱਤੀਆਂ, ਕਹਿੰਦੇ ਵੀ ਅਖਾਲ ਹੈ। ਉਹ ਜਿਵੇਂ ਜਿਵੇਂ ਉਹ ਬਿਮਾਰ ਹੁੰਦੇ ਗਏ, ਇੱਕ ਹਫਤੇ ਦੇ ਵਿੱਚ ਉਹ ਬਿਲਕੁਲ ਠੀਕ ਹੋ ਗਿਆ, ਤੇ ਉਹ ਜਿਹਨਾਂ ਨੇ ਆਪਦੇ ਉੱਪਰ ਲਈ ਸੀ ਸਮਾਂ। ਇਸੇ ਤਰ੍ਹਾਂ ਆਪਦੇ ਉੱਪਰ ਵੀ ਦੁੱਖ ਲੈ ਲੈਂਦੇ ਨੇ ਮਹਾਰਾਜ, ਆਪਦੇ ਉੱਪਰ ਵੀ। ਬਾਪੂ ਹਰਭਵਾਨ, ਬਾਪੂ ਸ਼ਰਦਾ ਰਾਮ ਜੀ ਨੇ ਵੀ ਇੱਕ ਕਸ਼ਟ ਮੈਂ ਬਚਪਨ ਤੋਂ ਸੁਣਦਾ ਹੁੰਦਾ ਸੀ ਆਪਦੇ ਉੱਤੇ, ਉਹਨਾਂ ਨੇ ਪੂਰੀ ਗੱਲ ਮੈਨੂੰ ਯਾਦ ਨਹੀਂ, ਆਪਦੇ ਤੇ ਤਕਲੀਫ਼ ਲੈ ਲੈਂਦੇ ਨੇ। ਇਹ ਮੈਂ ਨਹੀਂ ਲਿਖਿਆ ਦੁਨੀਆ ਕਾ ਦੁੱਖ ਦਰਦ ਮਿਟਾਇਆ, ਇਹ ਦੁੱਖ ਦਰਦ ਮਿਟਾਉਣ ਹੀ ਤਾਂ ਆਉਂਦੇ ਨੇ ਸੰਤ ਲੋਕ ਜਿਹੜੇ ਨੇ ਨਾ, ਉਹ ਇੱਥੇ ਧਰਤੀ ਤੇ ਆਉਂਦੇ ਇਸੇ ਕਰਕੇ ਨੇ ਵੀ ਦੁਨੀਆ ਨੂੰ ਚੰਗੇ ਪਾਸੇ ਲਾਉਣਾ, ਇਹ ਧਰਮ ਦੇ ਪਾਸੇ ਲਾਉਣ ਵਾਸਤੇ। ਸੀ ਇੱਕ ਹਾਰਮੋਨੀਅਮ ਤੇ ਇੱਕ ਢੋਲਕ ਤੇ ਅਸੀਂ ਕਾਫੀ ਦੇਰ ਇਕੱਠੇ ਰਹੇ, ਤੇ ਉਹ ਮੇਰੇ ਨਾਲ ਜਦੋਂ ਉਹਨੂੰ ਕੁਛ ਸ਼ਾਇਦ ਪਤਾ ਨਹੀਂ ਕੀ, ਬੜਾ ਪੇਟ ਦਰਦ ਸੀ ਜਾਂ ਸਿਰ ਦਰਦ ਸੀ ਜਾਂ ਮੈਨੂੰ ਨਹੀਂ ਪਤਾ, ਕੋਈ ਤਕਲੀਫ਼ ਸੀ, ਤੇ ਮੈਂ ਉਹਨੂੰ ਕਿਹਾ ਮੈਂ ਮਹਾਰਾਜ ਜੀ ਨੂੰ ਕਹਿੰਦੇ ਹਾਂ ਤੇਰਾ ਠੀਕ ਕਰ ਦੇਣਗੇ, ਆਸ਼ੀਰਵਾਦ ਹੈ। ਕਹਿੰਦਾ ਨਾ ਭਾਜੀ ਮੈਂ ਨਹੀਂ ਕਹਿੰਦਾ, ਕਹਿੰਦਾ ਮਹਾਰਾਜ ਜੀ ਨੂੰ ਬਾਪੂ ਹਰ ਭਗਵਾਨ ਜੀ। ਮੈਂ ਕਿਉਂ ਬਈ? ਕਹਿੰਦਾ ਜੀ ਮੇਰੇ ਨਾ ਇੱਥੇ ਬੈਠਣ ਲੱਗਿਆ ਨਾ ਇੰਨਾ ਵੱਡਾ ਬੜਾ ਕੋੜਾ ਜਿਹਾ ਹੋ ਗਿਆ ਸੀ, ਤੇ ਮੇਰੇ ਕੋਲ ਬੈਠਿਆ ਨਹੀਂ ਜਾਂਦਾ ਸੀ, ਤਬਲਾ ਨਹੀਂ ਵਜਾਇਆ ਜਾਂਦਾ ਸੀ। ਮੈਂ ਮਹਾਰਾਜ ਜੀ ਨੂੰ ਕਹਿ ਦਿੱਤਾ, ਮਹਾਰਾਜ ਜੀ ਨੇ ਹੱਥ ਲਾ, ਕਹਿੰਦੇ ਕਿੱਥੇ ਕਿੱਥੇ ਕੋਈ, ਉਹ ਕਹਿੰਦਾ ਨਾਲ ਦੀ ਨਾਲ ਹੀ ਗਾਇਬ ਹੋ ਗਿਆ, ਮਤਲਬ ਵਿਦ ਇਨ ਲਾਈਕ ਫਿਊ ਆਵਰਸ ਜਾਂ ਮਿੰਟਸ, ਮੈਨੂੰ ਨਹੀਂ ਪਤਾ, ਉਹ ਖਤਮ ਹੋ ਗਿਆ। ਕਹਿੰਦਾ ਤੇ ਬਾਅਦ ਜੇ ਦੇਖਿਆ ਤੇ ਮਹਾਰਾਜ ਜੀ ਕੋਲ ਬੈਠਾ ਹੈ, ਤੇ ਮੈਂ ਮਹਾਰਾਜ ਜੀ ਕੀ ਹੋ? ਕਹਿੰਦਾ ਉਹ ਕਹਿੰਦਾ ਤੇਰੇ ਵਾਲਾ, ਕਹਿੰਦਾ ਅਸੀਂ ਲੈ ਲਿਆ ਜੀ ਉਹ ਤਕਲੀਫ਼। ਸੋ ਇਹ ਸੰਤ ਲੋਕ ਤਾਂ ਮਤਲਬ ਕੁਛ ਵੀ ਕਰ ਸਕਦਾ, ਮਤਲਬ ਕੋਈ ਆਪਦੇ ਤੇ ਲੈ ਲੇਗਾ, ਕੋਈ ਕਸ਼ਟ ਮਿਟਾ ਦੇਗਾ, ਲੇਕਿਨ ਕੋਸ਼ਿਸ਼ ਕਰਦੇ ਨੇ ਕਿ ਜੇ ਪਰਮਾਤਮਾ ਦਾ ਜੋ ਖੇਡ ਹੈ ਨਾ, ਜੋ ਲੀਲਾ ਹੈ, ਉਹਦੇ ਵਿੱਚ ਦਖਲ ਨਹੀਂ ਦਿੰਦੇ ਬਹੁਤ ਹੀ ਜ਼ਿਆਦਾ। ਫਿਰ ਕੋਈ ਪਰੇਸ਼ਾਨ ਹੋਏ ਤੇ ਫਿਰ ਉਹ ਵੀ ਕਰ ਸਕਦੇ ਨੇ ਮਹਾਰਾਜ। ਮਤਲਬ ਕਲਯੁਗ ਮੈਂ ਸ਼ਾਮ ਸ਼ਰਧਾ ਰਾਮ ਬਨ मुझसे अधम को, वाह, मुझसे अधम का भी जीवन सजाया, मेरे जैसे अधम इतनी छोटी सोच मुगर अयान ऐसे इंसान हुए ने नाम दान देता, कितने बड़े दया दे सागर ने, वाह वाह वाह, करुणामयी सरकार है मेरी, पढ़ दिया है नागपाल जी, ये तो करुणामयी सरकार है मेरे बापू शरदा राम, वाह, ऐसे हैं दीन दयाल मेरे सतगुरु। मुझसे अधम का भी जीवन सजाया, मुझ जैसे अधम का जीवन सजाया, कलयुग में श्याम शरधा राम बन आया, नंदा चौर में डेरा लगाया,
बापू हर नाम जी को सतगुर बनाया कलयुग में श्याम शरधा राम बन आया दुनिया का दुख दर्द मिटाया मुझ जैसे अधम का जीवन सजाया मुझसे अधम का भी जीवन सजाया बुद्ध प्रकाश को भी सीने से लगाया बुद्ध प्रकाश को भी सीने से लगाया नाम की रहमत लुटाई शरदा राम शरदा राम शरदा राम मेरे घनश्याम रहमत लुटाई तुसी ए मैं नहीं लिखा ये जिस वेले नामदान सतगुरु दे देंदे ना तो वो सिर्फ ये नहीं कि भाई ओम ते अगो जो भी तुहानू नाम देता ते बस इन्ना क्यों ता मतलब आप दे उपर फिर सारी रिस्पॉन्सिबिलिटी ले लैंदे ने भी ये भगत दी रिस्पॉन्सिबिलिटी मेरी जे किते नलैकी वाले पासे तुरिया भी ते इहनू फड़ के वापस आते सही रस्ते ते पा देना है भी आ भी तड़ी सड़क ही है रस्ता तेरा है भी नलैकी वाले पासे ना जाए इन्ना ज्यादा इन्हां दी रिस्पॉन्सिबिलिटी हो जाती है आप जे नहीं है धरती ते आप जो नहीं है ना कोई किसे ना किसे नु कह देंगे भी यदि बांह फड़ के इधर ले आओ मैं बापू यार को आनू है ना ड्यूटी लाती भी इन इस पासे तो रहे जे इधर उधर तो रहे है तेन इस पासे ला ये बापू शरदा ये सतगुरां दा धर्म है उन्होंने बस सारा कुछ फिर सारे जी वो कहते ना मेरा मेरे मेरे मेरी हामी भर दे सतगुर मेरी हामी पर बड़ा सुंदर एक भजन है मेनू मेनू पार करन दी हामी भर दे है ना शब्द शब्द ये हामी भर देंदे ने वो कहंदे भी हां तेनू हुण भी पार लंघा देना लेकिन बहुत ज्यादा नलायक होए तो थोड़ा जिहा उहनू सबक भी सिखा सतगुरु भी थोड़ा जिहा थप्पड़ भी थोड़ा थोड़ा जिहा मामूली जिहा मार देने इंजैक्शन ला देंदे ने जिवें डाक्टर ला देन इस करके कोई कष्ट आए ना यह समझ लो तुसी थोड़ा थोड़ा जा राह थोड़ा जा हिल गए हो तो कष्ट जड़ा आया ना तो ये महाराज ने तुहानू टीका लाया थोड़ा इंजेक्शन लाया दवाई दिती कौड़ी थोड़ी जी आप ले ही लेने ना इस करके फिक्र नहीं करना तो रहमत सारी लुटाई होंगी इन्होंने मैं एवं नहीं लिख दिता मैं ये सारी आपकी रहमत लुटा दें जो नाम दान दें समझ लो तुसी माला माल हो गए तुसी समझ लो भी मेरे वर्गा तो पाठ करता नहीं ना मैं नाम इना जपदा भी जिन्होंने नाम किया ना भी महाराज ने मतलब सानू इना वड़ा गिफ्ट इना तोहफा रहमत लुटा दी सारी जो नाम दान देता ना समझ लो तो उन्होंने आपदा बना लिया ये समझ के चलना आप जो तुम नाम दान मिलो समझ लो बापू शरदा राम ने बापू हर भगवान ने जिदे तो ही नाम लिया ਉਹ ਸੰਤਾਂ ਨੇ ਮੈਨੂੰ ਆਪਣਾ ਬਣਾ ਲਿਆ ਮੈਨੂੰ ਚੁਣ ਲਿਆ ਮਤਲਬ ਬਿਲੀਅਨਸ ਆਫ ਲੋਕਾਂ ਦੇ ਵਿੱਚ ਮੈਨੂੰ ਚੁਣ ਲਿਆ ਉਹਨੇ ਹੈ ਵੀ ਮੈਨੂੰ ਆਪਦਾ ਸੇਵਕ ਬਣਾ ਲਿਆ ਹੁਣ ਸਾਰਾ ਸਾਰੀ ਰਿਸਪੋਂਸੀਬਿਲਿਟੀ ਸਭ ਉਹਦੇ ਉੱਤੇ ਉਹਨੇ ਠੇਕਾ ਲੈ ਲਿਆ ਇੱਕ ਤਰ੍ਹਾਂ ਦਾ ਸਾਡੇ ਜੀਵਨ ਦਾ ਠੇਕਾ ਲੈ ਲੈਂਦਾ ਮਹਾਰਾਜ ਕਹਿੰਦਾ ਵੀ ਆ ਜਾ ਤਾਂ ਮੈਂ ਲਿਖਿਆ ਰਹਿਮਤ ਲੁਟਾ ਦਿੰਦਾ ਸਾਰੀ ਰਹਿਮਤ ਐ ਮਤਲਬ ਉੜੇਲ ਦਿੱਤਾ ਜਾਂ ਭਰ ਦਿੱਤਾ ਉਹਨੇ ਮਾਲਾ ਮਾਲ ਕਰ ਦਿੱਤਾ ਜਿਵੇਂ ਆਪਾਂ ਕਹਿੰਦੇ ਹਾਂ कल युग में श्याम शरधा राम बन आया दुनिया का दुख दर्द मिटाया मुझसे अधम का भी जीवन सजाया मुझ जैसे अधम का जीवन सजाया बुद्ध प्रकाश को भी सीने से लगाया बुद्ध प्रकाश को भी सीने से लगाया नाम की रहमत लुटाई शरदा राम शरदा राम
धराम मेरे घनश्याम, आनंद आ गया जिंदगी में मेरी, आनंद आ गया जिंदगी में मेरी, तुझे संग प्रीत लगाई शरधारा शरदा राम जी महाराज की सदा। और वांके बिहारी लाल की जय, राधा रानी की जय। ओम बापू शरदा राम जी महाराज की सदा। ओम बापू हर भगवान जी महाराज की सदा। सब संतन की जय। जय जय बापू, जंगल में जय बापू, जय बापू दी जी, जय बापू दी, जय बापू दी। बहुत बढ़िया भाई साहब, रौनक लग गई, कीर्तन बहुत बढ़िया, बड़ा ही सोना बोल रहे भैया जी, बहुत अच्छा बोल रहे वाह वाह, चलो तुहानू अच्छा लग्या, ए बड़ी सुंदर गल है। ए पता की हुंदा है, ए जिहड़ी तुहाडे आप दा तुहाडा दिल दे विच अंदर प्रेम हुंदा है ना, ओ जाग के ओहदे नाल आनंद आउंदा है। सच्ची गल ते है, एक बड़ा ही एहदे नाल मतलब थोड़ा जिहा, चलो मैं बोल देना, वैसे बड़ा शेर हैगा है, ओ कहंदे भी शराब में मस्ती कहाँ, ये तो खुद की मस्ती है, अगर शराब में मस्ती होती तो बोतल भी नाचती होती। ये तुहाडी आपदी मस्ती होती समझ, जे तुसी प्रेम दे नाल सुन रहे हो, कोई भी मैं गावा या कोई भी गाए ते, लेकिन बापू शरदा राम दी गल, बापू शरदा राम दी है गल, बापू हर भगवान दी है गल, कृष्ण महाराज दी है गल, राधा जी दी भी आए ने उत्थे द्वापर तो, वो सारा तुहानू जो नक्शा तुहाडे च आंदा है ना, तो प्रेम जे तुहाडे च हैगा, तुसी ध्यान नाल सुन रहे हो, तां तुहानू आनंद आया मेरे ख्याल नाल। बाकी महाराज दी कृपा है, भजन के साथ उसकी व्याख्या करता जाए ना, भजन में और ही आनंद वो पूरा तीन आंखों के आगे आता है भैया, जब आप व्याख्या भी करते हो ना साथ साथ उस लाइन की, बहुत अच्छा लगता है, आनंद आता है पूरा। शारदा राम जी के दर्शन तो नहीं किए, लेकिन ऐसे लगता है कि आंखों के सामने वैसे जा रहा है सारा सीन। बिल्कुल कविता जी बिल्कुल ठीक कह रहे हैं, जब बोलते हैं ना भजन, ऐसा लगता है महाराज जी यहाँ बैठे हैं, हम यहाँ बैठे हैं, और कोई है ही नहीं, सारा वो एनवायरमेंट बड़ा अच्छा लगता है, इतारा बन जाता है, उसे बाहर निकलने का मन नहीं करता फिर। जय आप शारदा राम करते हो, भगवान जी दिखते रहते हैं जैसे, मतलब उनके दर्शन किए हैं तो मेरे को उनके दर्शन होते रहते हैं, ये हो जाता है भैया, बहुत अच्छा लगता है। जा, जा। प्यार से गाते हैं ना, प्यार से गाते हैं, और आवाज बहुत अच्छी है। गाने के साथ साथ अगर रिझाए ना ना बंदा, तो फिर इतना वो नहीं होता, रिझाना एक बहुत अलग नाले, जान से सुनो, जान से सुनो तो ज्यादा आनंद आता है। थैंक यू सरला मासी जी जुड़ गए ने, वीना जी आप जी तो कुछ कह रहे हो लेकिन तुहाडा म्यूट है, अक्षिका भी ध्यान ना सुन रही है। हाँ वीना जी तुहाडा म्यूट है, वीना बहन जी आज मैं सोच रही थी भैया से वो धुन लगवाऊंगी रोम रोम में बस जाओ, लेकिन शारदा राम की ये बहुत अच्छा हो गया भैया, थैंक यू। हाँ बिल्कुल बिल्कुल, बहुत सुंदर, जय हो जय सरला मासी, नमस्कार। जय जय जिन्हें भजन है ना वो बहुत ही सुंदर ने, बस मुकाबला है नहीं कोई, पिताजी दे, हाँ पिताजी दे जो भजन ने, पिताजी दे, वाह वाह पिताजी दा तो क्या बात है, वो ना लिव लगी सी ना, असि कोशिश कर रहे हैं, सानू अजे लो दिस रही है, ना लागी हो ता एक मिक हो गए सी बापू शरदा राम दा, उहना दा तां ए अपने आप नु नहीं पता लगदा, सानू पता लगदा कि तुहाडी भी लगी होई है, ऐसी कोई गल नहीं है, तुहाडे बुखार में तो गल सामने दिख रहा है, पूरी हो जाए, मौज बन जाएगी फिर,
ਜਦੋਂ ਲੀਕ ਲੱਗ ਜਾਂਦੀ ਹੈ ਅੰਦਰੋਂ ਤਾਂ ਹੀ ਐਵੇਂ ਧੁੰਮ ਨਿਕਲਦੀ, ਐਵੇਂ ਨਹੀਂ ਨਿਕਲਦੀ, ਆਪਣੇ ਆਪ ਨਿਕਲਦੀ। ਸਤਨਾਮ, ਜੈ ਹੋ ਜੈ ਹੋ ਜੈ ਹੋ ਬਾਪੂ ਸ਼ਰਦਾ ਰਾਮ। ਕਿਰਪਾ ਕਰੇ ਮੇਰੀਆਂ ਭੈਣਾਂ ਦਾ, ਭਰਾਵਾਂ ਦਾ, ਇਹ ਸਾਰਿਆਂ ਦਾ ਆਸ਼ੀਰਵਾਦ ਲੱਗ ਜੇ ਤੇ ਮੌਜ ਬਣ ਜਾਏਗੀ, ਦੇਖੋ ਲੱਗੇਗਾ ਤਾਂ ਠੀਕ ਹੈ। ਜੈ ਹੋ ਜੈ ਹੋ। ਹਾਂਜੀ ਹੁਣ ਏਦਾਂ ਕਰੋ।